ਆਹ ਦੇਖੋ ਨੋਟਾਂ ਦੇ ਬੰਡਲ ਹੀ ਬੰਡਲ, ਭਾਰੀ ਗਿਣਤੀ 'ਚ ਸੋਨੇ ਦੇ ਗਹਿਣੇ। ਇਹ ਤਸਵੀਰਾਂ ਕਿਸੇ ਬੈਂਕ ਦੀਆਂ ਨਹੀਂ, ਸਗੋਂ ਇੱਕ ਮਿਊਂਸੀਪਲ ਸੁਪਰੀਡੈਂਟ ਦੇ ਘਰ ਦੀਆਂ ਨੇ, ਜਿਸਨੇ ਆਪਣੇ ਘਰ ਦੇ ਵਿੱਚ ਨੋਟਾਂ ਦਾ ਅੰਬਾਰ ਲਗਾ ਰੱਖਿਆ ਸੀ। ਤਾਂ ਮੌਕੇ 'ਤੇ ਐਂਟੀ ਕਰਪਸ਼ਨ ਬਿਊਰੋ ਦੀ ਟੀਮ ਪਹੁੰਚਦੀ ਹੈ ਅਤੇ ਉਹਨਾਂ ਦੇ ਵੱਲੋਂ ਜਦ ਰੇਡ ਮਾਰੀ ਗਈ ਤਾਂ ਉਹਨਾਂ ਦੀਆਂ ਅੱਖਾਂ ਵੀ ਅੱਡੀਆਂ ਰਹਿ ਜਾਂਦੀਆਂ ਨੇ, ਜਿੱਥੇ ਇੰਨੇ ਨੋਟਾਂ ਦੇ ਬੰਡਲ ਸੀ ਕਿ ਇਹਨਾਂ ਨੂੰ ਗਿਣਨ ਦੇ ਲਈ ਪੈਸੇ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਐਂਟੀ ਕਰਪਸ਼ਨ ਬਿਊਰੋ ਦੀ ਟੀਮ ਹੈ ਜਿਨ੍ਹਾਂ ਦੇ ਵੱਲੋਂ ਇਹ ਸਾਰੇ ਪੈਸੇ ਗਿਣੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਮੌਕੇ 'ਤੇ 51 ਤੋਲੇ ਸੋਨੇ ਦੇ ਗਹਿਣੇ ਵੀ ਬਰਾਮਦ ਹੋਏ ਨੇ। ਤਾਂ ਦੱਸ ਦਈਏ ਕਿ ਸੁਪਰੀਡੈਂਟ ਦੇ ਖਿਲਾਫ ਆਮਦਨੀ ਤੋਂ ਵੱਧ ਜਾਇਦਾਦ ਦਾ ਮਾਮਲਾ ਸੀ, ਜਿਸ ਨੂੰ ਲੈ ਕੇ ਐਂਟੀ ਕਰਪਸ਼ਨ ਬਿਊਰੋ ਨੇ ਰੇਡ ਮਾਰੀ ਸੀ। ਤਾਂ ਵੱਡੀ ਗਿਣਤੀ ਦੇ ਵਿੱਚ ਮੌਕੇ 'ਤੇ ਨਕਦੀ ਅਤੇ ਗਹਿਣੇ ਬਰਾਮਦ ਹੁੰਦੇ ਨੇ। ਤਾਂ ਇਹ ਨੋਟਾਂ ਦੀ ਗਿਣਤੀ ਕੁੱਲ 2,93,00,000 ਰੁਪਏ ਹੈ। ਅਤੇ ਦੱਸ ਦਈਏ ਕਿ ਉਸਦੀ ਪਤਨੀ ਅਤੇ ਉਸਦੇ ਮਾਂ ਦੇ ਖਾਤੇ ਦੇ ਵਿੱਚ 1,10,00,000 ਰੁਪਏ ਸੀ। ਅਤੇ ਇਸ ਤੋਂ ਇਲਾਵਾ 51 ਤੋਲੇ ਸੋਨਾ ਅਤੇ 17 ਅਟੈਚ ਸੰਪਤੀ ਆ, ਜਿਨ੍ਹਾਂ ਦੀ ਕੁੱਲ ਕੀਮਤ 1,98,00,000 ਹੈ। ਤਾਂ ਦੱਸ ਦਈਏ ਕਿ ਹੁਣ ਤੱਕ ਜ਼ਬਤ ਕੀਤੀ ਹੋਈ ਜਾਇਦਾਦ ਦੀ ਕੁੱਲ ਕੀਮਤ 6,00,00,000 ਤੋਂ ਵੀ ਵੱਧ ਹੈ। ਤਾਂ ਇਹ ਮਾਮਲਾ ਦੱਸ ਦਈਏ ਕਿ ਤੇਲੰਗਾਨਾ ਤੋਂ ਸਾਹਮਣੇ ਆਇਆ, ਜਿੱਥੇ ਮਿਊਂਸੀਪਲ ਸੁਪਰੀਡੈਂਟ ਨਰਿੰਦਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਛਾਪੇਮਾਰੀ ਤੋਂ ਬਾਅਦ ਨਰਿੰਦਰ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਤਾਂ ਉਸਨੂੰ ਹੈਦਰਾਬਾਦ ਦੇ ਵਿੱਚ SPE ਅਤੇ ACB ਕੇਸਾਂ ਦੇ ਲਈ ਵਿਸ਼ੇਸ਼ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਤਾਂ ਐਂਟੀ ਕਰਪਸ਼ਨ ਬਿਊਰੋ ਮਾਮਲੇ ਦੀ ਹਾਲੇ ਵੀ ਜਾਂਚ ਕਰ ਰਹੀ ਹੈ ਅਤੇ ਵਾਧੂ ਸੰਪਤੀਆਂ ਦਾ ਪਤਾ ਲਗਾਉਣ ਦੇ ਲਈ ਹੋਰ ਵੀ ਖੋਜਾਂ ਕੀਤੀਆਂ ਜਾ ਰਹੀਆਂ ਨੇ। ਆਹ ਦੇਖੋ ਨੋਟਾਂ ਦੇ ਬੰਡਲ ਹੀ ਬੰਡਲ, ਭਾਰੀ ਗਿਣਤੀ 'ਚ ਸੋਨੇ ਦੇ ਗਹਿਣੇ। ਇਹ ਤਸਵੀਰਾਂ ਕਿਸੇ ਬੈਂਕ ਦੀਆਂ ਨਹੀਂ, ਸਗੋਂ ਇੱਕ ਮਿਊਂਸੀਪਲ ਸੁਪਰੀਡੈਂਟ ਦੇ ਘਰ ਦੀਆਂ ਨੇ, ਜਿਸਨੇ ਆਪਣੇ ਘਰ ਦੇ ਵਿੱਚ ਨੋਟਾਂ ਦਾ ਅੰਬਾਰ ਲਗਾ ਰੱਖਿਆ ਸੀ। ਤਾਂ ਮੌਕੇ 'ਤੇ ਐਂਟੀ ਕਰਪਸ਼ਨ ਬਿਊਰੋ ਦੀ ਟੀਮ ਪਹੁੰਚਦੀ ਹੈ ਅਤੇ ਉਹਨਾਂ ਦੇ ਵੱਲੋਂ ਜਦ ਰੇਡ ਮਾਰੀ ਗਈ ਤਾਂ ਉਹਨਾਂ ਦੀਆਂ ਅੱਖਾਂ ਵੀ ਅੱਡੀਆਂ ਰਹਿ ਜਾਂਦੀਆਂ ਨੇ, ਜਿੱਥੇ ਇੰਨੇ ਨੋਟਾਂ ਦੇ ਬੰਡਲ ਸੀ ਕਿ ਇਹਨਾਂ ਨੂੰ ਗਿਣਨ ਦੇ ਲਈ ਪੈਸੇ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਐਂਟੀ ਕਰਪਸ਼ਨ ਬਿਊਰੋ ਦੀ ਟੀਮ ਹੈ ਜਿਨ੍ਹਾਂ ਦੇ ਵੱਲੋਂ ਇਹ ਸਾਰੇ ਪੈਸੇ ਗਿਣੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਮੌਕੇ 'ਤੇ 51 ਤੋਲੇ ਸੋਨੇ ਦੇ ਗਹਿਣੇ ਵੀ ਬਰਾਮਦ ਹੋਏ ਨੇ। ਤਾਂ ਦੱਸ ਦਈਏ ਕਿ ਸੁਪਰੀਡੈਂਟ ਦੇ ਖਿਲਾਫ ਆਮਦਨੀ ਤੋਂ ਵੱਧ ਜਾਇਦਾਦ ਦਾ ਮਾਮਲਾ ਸੀ, ਜਿਸ ਨੂੰ ਲੈ ਕੇ ਐਂਟੀ ਕਰਪਸ਼ਨ ਬਿਊਰੋ ਨੇ ਰੇਡ ਮਾਰੀ ਸੀ। ਤਾਂ ਵੱਡੀ ਗਿਣਤੀ ਦੇ ਵਿੱਚ ਮੌਕੇ 'ਤੇ ਨਕਦੀ ਅਤੇ ਗਹਿਣੇ ਬਰਾਮਦ ਹੁੰਦੇ ਨੇ। ਤਾਂ ਇਹ ਨੋਟਾਂ ਦੀ ਗਿਣਤੀ ਕੁੱਲ 2,93,00,000 ਰੁਪਏ ਹੈ। ਅਤੇ ਦੱਸ ਦਈਏ ਕਿ ਉਸਦੀ ਪਤਨੀ ਅਤੇ ਉਸਦੇ ਮਾਂ ਦੇ ਖਾਤੇ ਦੇ ਵਿੱਚ 1,10,00,000 ਰੁਪਏ ਸੀ। ਅਤੇ ਇਸ ਤੋਂ ਇਲਾਵਾ 51 ਤੋਲੇ ਸੋਨਾ ਅਤੇ 17 ਅਟੈਚ ਸੰਪਤੀ ਆ, ਜਿਨ੍ਹਾਂ ਦੀ ਕੁੱਲ ਕੀਮਤ 1,98,00,000 ਹੈ। ਤਾਂ ਦੱਸ ਦਈਏ ਕਿ ਹੁਣ ਤੱਕ ਜ਼ਬਤ ਕੀਤੀ ਹੋਈ ਜਾਇਦਾਦ ਦੀ ਕੁੱਲ ਕੀਮਤ 6,00,00,000 ਤੋਂ ਵੀ ਵੱਧ ਹੈ। ਤਾਂ ਇਹ ਮਾਮਲਾ ਦੱਸ ਦਈਏ ਕਿ ਤੇਲੰਗਾਨਾ ਤੋਂ ਸਾਹਮਣੇ ਆਇਆ, ਜਿੱਥੇ ਮਿਊਂਸੀਪਲ ਸੁਪਰੀਡੈਂਟ ਨਰਿੰਦਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਛਾਪੇਮਾਰੀ ਤੋਂ ਬਾਅਦ ਨਰਿੰਦਰ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਤਾਂ ਉਸਨੂੰ ਹੈਦਰਾਬਾਦ ਦੇ ਵਿੱਚ SPE ਅਤੇ ACB ਕੇਸਾਂ ਦੇ ਲਈ ਵਿਸ਼ੇਸ਼ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਤਾਂ ਐਂਟੀ ਕਰਪਸ਼ਨ ਬਿਊਰੋ ਮਾਮਲੇ ਦੀ ਹਾਲੇ ਵੀ ਜਾਂਚ ਕਰ ਰਹੀ ਹੈ ਅਤੇ ਵਾਧੂ ਸੰਪਤੀਆਂ ਦਾ ਪਤਾ ਲਗਾਉਣ ਦੇ ਲਈ ਹੋਰ ਵੀ ਖੋਜਾਂ ਕੀਤੀਆਂ ਜਾ ਰਹੀਆਂ ਨੇ।